ਹੈਲੋ ਸਟੂਡੈਂਟ ਆਫ 6ਥ ਕਲਾਸ ਅੱਜ ਅਸੀਂ ਸੁਗਾਤ ਪਾਠ ਪੁਸਤਕ ਦੇ ਵਿੱਚੋਂ ਪਾਠ ਨੰਬਰ 4 ਪੜ੍ਹਨ ਜਾ ਰਹੇ ਹਾਂ ਜਿਸ ਦਾ ਸਿਰਲੇਖ ਹੈ ਕੀ ਬਣੋਗੇ ਬੱਚਿਓ ਕੀ ਬਣੋਗੇ ਬੱਚਿਓ ਤੋਂ ਭਾਵ ਹੈ ਕਿ ਇਸ ਪਾਠ ਦਾ ਜੋ ਵਿਸ਼ਾ ਹੈ ਇਹ ਸਾਨੂੰ ਇਹ ਦੱਸਦਾ ਹੈ ਕਿ ਸਾਡੀ ਜ਼ਿੰਦਗੀ ਦਾ ਕੋਈ ਨਾ ਕੋਈ ਉਦੇਸ਼ ਹੋਣਾ ਜ਼ਰੂਰੀ ਹੈ ਉਦੇਸ਼ ਹੋਣ ਹੀਨ ਜ਼ਿੰਦਗੀ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਇਸ ਕਰਕੇ ਸਾਨੂੰ ਜ਼ਿੰਦਗੀ ਦੇ ਵਿੱਚ ਪਤਾ ਹੋਣਾ ਚਾਹੀਦਾ ਹੈ ਇਸ ਉਦੇਸ਼ ਮਿਥਨਾ ਚਾਹੀਦਾ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਕੀ ਬਨਣਾ ਹੈ ਤਾਂ ਇਹ ਇੱਕ ਕਵਿਤਾ ਹੈ ਚਲੋ ਉਹ ਪੜ੍ਹਦੇ ਹਾਂ ਕੀ ਬਣੋਗੇ ਬੱਚਿਓ ਤਾਂ ਇਸ ਦੇ ਵਿੱਚ ਮੈਡਮ ਆ ਕੇ ਬੱਚਿਆਂ ਨੂੰ ਪੁੱਛਦੀ ਹੈ ਜਮਾਤ ਦੇ ਵਿੱਚ ਕਿ ਤੁਸੀਂ ਇਹ ਵਿਦਿਆਪਾ ਕੇ ਸਿੱਖਿਆ ਗ੍ਰਹਿਣ ਕਰਕੇ ਕੀ ਕੀ ਬਣੋਗੇ ਤਾਂ ਸਭ ਤੋਂ ਪਹਿਲਾਂ ਦੀਪ ਕਹਿੰਦਾ ਹੈ ਕਿ ਮੈਂ ਪਾਇਲਟ ਬਣਾਗਾ ਤੇ ਆਸਮਾਨ ਵਿੱਚ ਉਡਿਆ ਕਰਨਾ ਹੈ ਮੇਰੀ ਜ਼ਿੰਦਗੀ ਦਾ ਇਹ ਮਕਸਦ ਹੈ ਰਿੰਪੀ ਨੇ ਵੀ ਅੱਗੋਂ ਜਵਾਬ ਦਿੱਤਾ ਕਿ ਮੈਂ ਡਾਕਟਰ ਬਣ ਕੇ ਸਭ ਦਾ ਇਲਾਜ ਕਰਾਂਗੀ ਮਿੱਠੂ ਕਹਿੰਦਾ ਮੈਡਮ ਜੀ ਮੈਨੂੰ ਦੇਸ਼ ਦੀ ਸੇਵਾ ਬਹੁਤ ਚੰਗੀ ਲੱਗਦੀ ਹੈ ਇਸ ਕਰਕੇ ਮੈਂ 에ਅਰ ਫੋਰਸ ਵਿੱਚ ਜਾਵਾਂਗਾ ਤੇ 에ਅਰ ਫੋਰਸ ਦੀ ਵਰਦੀ ਵੀ ਤਾਂ ਬਹੁਤ ਜ਼ਿਆਦਾ ਸੋਹਣੀ ਫੱਬਦੀ ਹੈ ਕਿਸੇ ਨੇ ਕਿਹਾ ਕਿ ਮੈਂ ਇੰਜੀਨੀਅਰ ਬੰਨਾ ਹੈ ਜਾਂ ਤੇ ਕਿਸੇ ਨੇ ਕਿਹਾ ਮੈਂ ਟੀਚਰ ਬੰਨਾ ਹੈ ਸਭ ਨੇ ਹੀ ਕੁਛ ਨਾ ਕੁਛ ਕਿਹਾ ਆਪਣੀ ਜ਼ਿੰਦਗੀ ਦਾ ਮਕਸਦ ਦੱਸਿਆ ਤਾਂ ਸਾਰਿਆਂ ਤੋਂ ਪਿੱਛੇ ਜਦੋਂ ਮੈਡਮ ਜੀ ਨੇ ਮੈਨੂੰ ਇਹ ਪ੍ਰਸ਼ਨ ਪੁੱਛਿਆ ਕਿ ਤੂੰ ਕੀ ਬੰਨਾ ਹੈ ਤਾਂ ਮੈਂ ਕਿਹਾ ਮੈਡਮ ਜੀ ਮੈਨੂੰ ਤਾਂ ਸਾਰੇ ਕੰਮ ਹੀ ਵਧੀਆ ਲੱਗਦੇ ਹਨ ਮੇਰੀ ਪਰ ਮੇਰੀ ਦਿਲ ਦੀ ਰੀਤ ਫੇਰ ਹੀ ਪੂਰੀ ਹੋਊਗੀ ਜੇ ਮੈਂ ਇੱਕ ਸਫਲ ਕਿਸਾਨ ਬਨ ਜਾਵਾਂ ਮੈਂ ਖੇਤੀਬਾੜੀ ਕਰਕੇ ਖੇਤੀਬਾੜੀ ਕਰਨਾ ਮੇਰੀ ਜ਼ਿੰਦਗੀ ਦਾ ਮਕਸਦ ਹੈ ਤੇ ਮੈਂ ਇਸੇ ਦੇ ਵਿੱਚ ਹੀ ਅੱਗੇ ਜਾਣਾ ਚਾਹੁੰਦਾ ਹਾਂ ਤਰੱਕੀ ਕਰਨਾ ਚਾਹੁੰਦਾ ਮੈਂ ਨਵੇਂ ਬੀਜ ਤੇ ਨਵੀਆਂ ਕਾਢਾਂ ਲਟਾਂਗਾ ਖੇਤੀ ਦੇ ਨਾਲ ਸੰਬੰਧਿਤ ਜਿਸ ਦੇ ਨਾਲ ਖੇਤੀਬਾੜੀ ਪਰਫੁੱਲਤ ਹੋਵੇਗੀ ਨਾਲ ਕਰਾਂ ਦਿਨ ਰਾਤ ਹੀ ਕਾਰ ਤੇ ਦਿਨ ਰਾਤ ਮੈਂ ਮਿਹਨਤ ਕਰਦਾ ਰਹਾਗਾ ਇਸ ਦੇ ਨਾਲ ਖੇਤੀਬਾੜੀ ਕਰਨ ਨਾਲ ਮੈਂ ਆਪਦੇ ਪੇਟ ਦੀ ਭੁੱਖ ਵੀ ਮਿਟਾਵਾਂਗਾ ਆਪਦੇ ਲਈ ਅਨਾਜ ਵੀ ਪੈਦਾ ਕਰ ਸਕਦਾ ਤੇ ਨਾਲ ਹੀ ਦੇਸ਼ ਦੇ ਅੰਨ ਦੇ ਭੰਡਾਰ ਭਰ ਸਕਦਾ ਤਾਂ ਇਸ ਤਰ੍ਹਾਂ ਇਸ ਕਵਿਤਾ ਦੇ ਰਾਹੀਂ ਕਵੀ ਨੇ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਹੈ ਕਿ ਸਾਡੀ ਬੱਚਾ ਸਾਡੀ ਸਭ ਦੀ ਜ਼ਿੰਦਗੀ ਦਾ ਕੋਈ ਨਾ ਕੋਈ ਮਕਸਦ ਹੋਣਾ ਬਹੁਤ ਜ਼ਰੂਰੀ ਹੈ। ਧੰਨਵਾਦ।